ਬਠਿੰਡਾ ਦੇ ਪਿੰਡ ਤਿਉਣਾ ਵਿਖੇ ਆਪਣੀ ਨਰਮੇ ਦੀ ਫਸਲ ਖਰਾਬ ਹੋਣ ਦੇ ਚਲਦੇ ਕਿਸਾਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰਾਜ਼ਗੀ ਜਤਾਉਂਦੇ ਹੋਏ ਨਰਮੇ ਦੀ ਫਸਲ ਸਾਰੀ ਦੀ ਸਾਰੀ ਵਾ ਦਿੱਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਨਰਮੇ ਦੀ ਫਸਲ ਖਰਾਬ ਹੋਈ ਸੀ, ਉਸਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ ਅਤੇ ਹੁਣ ਵੀ 2 ਕਿੱਲੇ ਨਰਮੇ ਦੀ ਫਸਲ ਚਿੱਟੇ ਮੱਛਰ ਕਾਰਨ ਖਰਾਬ ਹੋ ਗਈ ਹੈ। ਬਹੁਤ ਸਾਰੀਆਂ ਸਪਰੇ ਛਿੜਕੀਆਂ ਪਰ ਕੋਈ ਅਸਰ ਨਹੀਂ ਹੋਇਆ, ਜਿਸ ਦੇ ਚਲਦੇ ਜੋ ਫਸਲ ਖਰਾਬ ਹੋਈ ਹੈ ਜੋ ਕਿ ਠੇਕੇ 'ਤੇ ਲੈ ਕੇ ਬਿਜਾਈ ਕੀਤੀ ਸੀ ਉਸਦਾ ਵੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਅੱਗੇ ਮੰਗ ਹੈ ਕਿ ਬਹੁਤ ਹੋ ਗਿਆ, ਹੁਣ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਫਸਲ ਕਿਸਾਨ ਦੀ ਖਰਾਬ ਹੋ ਗਈ ਹੈ ਉਸਦਾ ਜਲਦ ਤੋਂ ਜਲਦ ਉਹਨਾਂ ਨੂੰ ਮੁਆਵਜ਼ਾ ਜਾਰੀ ਕਰ ਦੇਣਾ ਚਾਹੀਦਾ ਹੈ। ਇਹ ਜੀ ਅਸੀਂ ਅੱਜ 2 ਕਿੱਲੇ ਨਰਮਾ ਜਿਹੜਾ ਕਿਸਾਨ ਨੇ ਵਾਹਤਾ ਸੇਵਕ ਸਿੰਘ ਨੇ ਇਹਦੇ ਪਹਿਲਾਂ ਇਹਨੇ 9 ਕਿੱਲੇ ਠੇਕੇ 'ਤੇ ਲਏ ਸੀ। 9 ਕਿੱਲੇ ਠੇਕੇ 'ਤੇ ਲੈ ਕੇ ਨਰਮਾ ਸੀਗਾ, ਕਿਉਂਕਿ ਨਰਮਾ ਹੀ ਆ ਵਿਚਾਰੇ ਨੇ ਲਾਉਣੇ, ਜਦੋਂ ਇਹਦੇ ਕੋਲ ਮੋਟਰ ਦਾ ਕੋਈ ਸਾਧਨ ਨਹੀਂ। ਉਹ ਨਰਮਾ ਇਹਦਾ 9 ਕਿੱਲੇ ਮਰ ਗਿਆ ਸੀ ਪਹਿਲਾਂ ਵੀ, ਉਹ 9 ਕਿੱਲਿਆਂ ਦਾ ਇਹਨੂੰ ਮੁਆਵਜ਼ਾ ਨਹੀਂ ਆਇਆ ਜਮਾਂ ਵੀ। ਆਹ ਹੁਣ 2 ਕਿੱਲੇ ਫੇਰ ਇਹਦਾ ਮਰ ਗਿਆ, ਬੁਰਾ ਹਾਲ ਹੈ। ਇਹਨੇ ਅਕੀਰ ਨੂੰ ਅੱਜ ਵਾਹਤਾ, ਕਿਉਂਕਿ ਮਹਿਕਮੇ ਨੇ ਜਿਹੜੀਆਂ ਆਖੀਆਂ ਸੀ ਸਪਰੇਹਾਂ, ਖੇਤੀਬਾੜੀ ਮਹਿਕਮੇ ਨੇ ਵੀ ਆਹ ਸਪਰੇਹਾਂ ਕਰੋ, ਉਹ ਸਪਰੇਹਾਂ ਕਰਨ ਦੇ ਬਾਵਜੂਦ ਵੀ ਜਿਹੜਾ ਕਿ ਇਹ ਚਿੱਟਾ ਮੱਛਰ ਹੈ ਨਹੀਂ ਮਰਿਆ ਅਤੇ ਗੁਲਾਬੀ ਸੁੰਡੀ ਵੀ ਪੈ ਚੱਲੀ। ਫਿਰ ਹੁਣ ਕਿਸਾਨ ਦੱਸੋ ਕਰੂਗਾ ਕੀ, ਅਗਲੀ ਫਸਲ ਕੋਈ ਹੋਰ ਵੀ ਇਹਦੇ 'ਚ ਹੁਣ ਕਰਨ ਜੋਗਾ, ਹੁਣ ਵੀ ਝੋਨਾ ਵੀ ਨਹੀਂ ਇਹਦੇ 'ਚ ਕੋਈ ਲਾ ਸਕਦਾ। ਕਿਸਾਨ ਦਾ ਬੁਰਾ ਹਾਲ ਹੋ ਗਿਆ। ਇਹ ਹੁਣ ਜੇ ਮੰਨ ਲਓ ਵੀ ਕਿਸਾਨ ਆਤਮ ਹੱਤਿਆ ਕਰੂਗਾ, ਹੁਣ ਮਜਬੂਰ ਹੋਇਆ, ਹੋਰ ਕੀ ਕਰੂਗਾ। ਨਰਮੇ ਦਾ ਤਾਂ ਜੀ ਪਿਛਲੀ ਵਾਰੀ ਵੀ ਇਹ ਮੁੰਡੇ ਕੋਲ 9 ਕਿੱਲੇ ਨਰਮਾ ਸੀਗਾ ਅਤੇ 9 ਦਾ 9 ਹੀ ਗੁਲਾਬੀ ਸੁੰਡੀ ਨੇ ਜਮਾਂ ਮਾਰਤਾ ਸੀ, ਨਾ ਕੋਈ ਮੁਆਵਜ਼ਾ ਮਿਲਿਆ ਕਾਂਗਰਸ ਸਰਕਾਰ ਵੱਲੋਂ। ਅਤੇ ਐਤੀ ਵੀ ਇਹਨੇ ਨਰਮਾ ਬੀਜਿਆ ਸੀ, ਐਤੀ ਵੀ ਇਹ ਬੱਗਾ ਮੱਛਰ ਅਤੇ ਗੁਲਾਬੀ ਸੁੰਡੀ ਪੈ ਗਈ। ਇਹਨੇ ਨਰਮਾ ਅਖੀਰ 'ਤੇ ਵਾਹਤਾ, 2-3 ਸਪਰੇਹਾਂ ਕਰਤੀਆਂ, ਘੱਟੋ ਘੱਟ 15-18 ਹਜ਼ਾਰ ਰੁਪਇਆ ਕਿੱਲੇ ਦਾ ਖਰਚਾ ਹੋ ਗਿਆ ਇਹਦਾ। ਫਿਰ ਵੀ ਅਕਸਰੇ ਨੂੰ ਵਾਹੁਣਾ ਹੀ ਪਿਆ, ਜ਼ਮੀਨ ਇਹਦੇ ਕੋਲ ਥੋੜ੍ਹੀ ਆ, ਘਰ ਦਾ ਗੁਜ਼ਾਰਾ ਮਸਾਂ ਹੀ ਹੁੰਦਾ ਜੀ ਇਹਦਾ, ਜਵਾਕਾਂ ਦੀਆਂ ਫੀਸਾਂ, ਮਾਂ ਪਿਓ ਨੂੰ ਸਾਂਭ ਸੰਭਾਈ ਅਤੇ ਹੋਰ, ਬਹੁਤ ਔਖਾ ਜੀ ਇਹਦਾ ਵਾਸਤੇ, ਸਾਰਿਆਂ ਵਾਸਤੇ, ਜ਼ਿਮੀਂਦਾਰਾਂ ਵਾਸਤੇ, ਸਾਰਿਆਂ ਵਾਸਤੇ ਔਖਾ ਜੀ। ਤਾਂ ਹੀ ਖੁਦਕੁਸ਼ੀਆਂ ਸਰਕਾਰਾਂ ਕਹੀ ਜਾਂਦੀਆਂ, ਜਿਹੜੇ ਧੜੱਲੇਦਾਰ ਲੀਡਰ ਹੈ ਇਹ ਕਹੀ ਜਾਂਦੇ ਆ, ਇਹ ਕਿ ਇਹ ਤਾਂ ਜਾਣ ਕੇ ਕਰਦੇ ਆ, ਇਹਨਾਂ ਦਾ ਕੋਈ ਮਰਦਾ ਵੇਖਿਆ ਕਿਸੇ MP ਦਾ ਜਾਂ MLA ਦਾ ਜਾਂ ਕੋਈ ਵੀ ਮੰਤਰੀ ਦਾ ਕੋਈ ਮਰਦਾ ਵੇਖਿਆ? ਕਿਸਾਨ ਕਿਉਂ ਮਰਦਾ? ਕਿਸਾਨ ਦੇ ਪੱਲੇ ਹੀ ਕੁਛ ਹੈ ਨਹੀਂ, ਇਕੱਲੀ ਖੁਦਕੁਸ਼ੀ ਆ ਬਸ, ਹੋਰ ਕੁਛ ਨਹੀਂ ਇਹਦੇ ਪੱਲੇ। ਜਦੋਂ ਫਸਲ 'ਤੇ ਹੁੰਦਾ, ਫਸਲ ਹੁੰਦੀ ਨਹੀਂ, ਸਰਕਾਰਾਂ ਇਸ ਪਾਸੇ ਸਾਰ ਨਹੀਂ ਲੈਂਦੀਆਂ, ਆਹੀ ਗੱਲ ਹੈ ਜੀ।